ਕਿੰਨੀ ਦੇਰ ਨੇ ਦਾਬਾ ਦੇਖੇ? ਮੈਂ ਤਕਰੀਬਨ ਜੀ ਰਹਿਲ ਚੌਦਾਂ ਪੰਦਰਾਂ ਸਾਲਾਂ ਦਾ ਆਇਆ, ਚੜ੍ਹਦੇ ਤੇ ਨਿੱਕੇ ਹੁੰਦੇ ਜੀ ਚੌਦਾਂ ਪੰਦਰਾਂ ਸਾਲਾਂ ਦਾ ਆਇਆ ਜਿਸ ਨੂੰ ਸ਼ੁਰੂ ਕੀਤੀ। ਤੇ ਅੱਲਾਹ ਤਾਲਾ ਨੇ ਤੁਹਾਨੂੰ ਤਕਰੀਬਨ ਕਿਤਨੀਆਂ ਕੁ ਗਰਾਊਂਡਾਂ 'ਚ ਫਤਿਹ ਦਿੱਤੀ ਜੀ? ਬੜੇ ਹੀ ਅੱਲਾਹ ਪਾਕ ਨੇ ਕਰਮ ਕੀਤੇ ਨੂੰ ਗਿਣਤੀ ਦਾ ਦਿਸਾਨ ਨਹੀਂ ਜੀ, ਤੇ ਦੇਰ ਹੀ ਅੱਲਾਹ ਪਾਕ ਨੇ ਕਰਮ ਕੀਤਾ। ਤੇ ਕੋ ਹਾਜੀ ਸਾਹਿਬ ਆਪਣੀ ਜ਼ਿੰਦਗੀ ਦਾ ਕੋਈ ਯਾਦਗਾਰ ਮੇਲਾ ਆਇਆ ਹੋਵੇ ਕਿ ਜਿਹਦੇ ਵਿੱਚ ਉਹ ਅੱਜ ਤੱਕ ਵੀ ਤੁਹਾਨੂੰ ਯਾਦ ਹੋਵੇ ਕਿ ਯਾਰ ਬੜਾ ਸ਼ਾਨਦਾਰ ਮੇਲਾ ਆਇਆ ਸੀ? ਉਹ ਮੇਲਾ ਬੜਾ ਹੋਇਆ ਹੈ ਜੀ, ਇੱਥੇ ਗੁਜਰਾਤ ਦੀ ਮੰਡੀ ਲੱਗੀ ਜੀ, ਮੈਂ ਇੱਥੇ ਸਾਡੇ ਨਾਲ ਦੇ ਪਾਸੇ ਹੁਣ ਤਾਂ ਉੱਥੇ ਦਾਰੁਲ ਇਸਲਾਮ ਬਣ ਗਏ ਆ, ਉਹ ਆਸ਼ੀਆ ਗਰਾਊਂਡ ਹੁੰਦਾ ਹੈ ਉਹ ਖਤਮ ਹੋ ਗਿਆ ਹੈ, ਉੱਥੇ ਕਚਹਿਰੀ ਪਹਿਲਾਂ ਗਰਾਊਂਡ ਵਿੱਚ ਖਤਮ ਹੋ ਗਿਆ, ਅਤੇ ਇੱਥੇ ਨਾਲ ਦਾ ਗਜ਼ਨਪੁਰ ਗੋਲ ਉਸਰਿਆ ਮਹੀਨੇ ਹੋਏ, ਅਤੇ ਉਹਨੇ ਨਾ ਉਹ ਮੇਲਾ ਲਵਾਇਆ ਉਹਨਾਂ ਨੇ ਸਰਕਾਰੀ ਤੌਰ 'ਤੇ, ਉਹ ਫਿਰ ਇੱਥੇ ਬਿਲਕੁਲ ਹੀ ਨਾਲ ਸਾਰੇ ਮਹਿਮਾਨ ਜਿਹੜੇ ਨੇ ਉਹ ਇੱਥੇ ਹੀ ਗਏ, ਮਤਲਬ ਦਸ ਸਾਲ ਨੇ ਬਜ਼ੁਰਗ ਸਾਡੇ ਉਹ ਵੀ ਹੋਰ ਵੀ ਆਪਣੇ ਲੱਗਦੇ ਆਪਣਾ ਕਲੱਬ ਵੀ ਸਾਰਾ ਉਸ ਵੇਲੇ ਤਕਰੀਬਨ ਮੇਰਾ ਉਹ ਕੁੜੀਆਂ ਛੋੜੀਆਂ ਵਿੱਚ ਹੀ ਹੋਈਆਂ, ਤਕਰੀਬਨ 90-95 ਸਵਾਰ ਕਲੱਬ